ਅਮਰੀਕਾ 'ਚ ਵੱਸਦੇ ਪੰਜਾਬੀਆਂ ਦੇ ਲਈ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਡੋਨਲਡ ਟਰੰਪ ਨੇ ਐਲਾਨ ਕਰ ਦਿੱਤਾ ਕਿ ਜੇਕਰ ਮੈਂ ਰਾਸ਼ਟਰਪਤੀ ਬਣਿਆ ਦੁਬਾਰਾ ਤਾਂ ਸਭ ਤੋਂ ਵੱਡੀ ਹੁਣ ਤੱਕ ਦੀ ਡਿਪੋਰਟੇਸ਼ਨ ਹੋਵੇਗੀ, ਅਰਥਾਤ ਉੱਥੇ ਗਏ ਲੋਕਾਂ ਨੂੰ ਵਾਪਸ ਭੇਜਿਆ ਜਾਏਗਾ। ਕਿਸ ਦੇ ਲਈ ਖਤਰੇ ਦੀ ਘੰਟੀ ਹੈ, ਦੱਸ ਦਈਏ, ਜੋ ਲੋਕ ਡੌਂਕੀ ਲਗਾ ਕੇ ਉੱਥੇ ਗਏ ਨੇ, ਐਸੇ 'ਚ ਪਹਿਲਾਂ ਵੀ ਨਿਯਮ ਸਖਤ ਕੀਤੇ ਗਏ ਸੀ ਉਹਨਾਂ ਲੋਕਾਂ ਦੇ ਲਈ ਜੇਕਰ ਕੋਈ ਡੌਂਕੀ ਲਗਾ ਕੇ ਉੱਥੇ ਜਾਂਦਾ ਹੈ ਅਤੇ ਫੜਿਆ ਜਾਂਦਾ ਹੈ। ਪਰ ਹੁਣ ਉਹਨਾਂ ਨੇ ਐਲਾਨ ਕੀਤਾ ਕਿ ਜੋ ਵੀ ਲੋਕ ਉੱਥੇ ਮੌਜੂਦ ਨੇ ਉਹਨਾਂ ਦੇ ਲਈ ਉਹਨਾਂ ਨੇ ਰੈਡੀਕਲਸ ਐਂਡ ਟੈਰਰਿਸਟ, ਅਰਾਜਕਤਾ ਫੈਲਾਉਣ ਵਾਲੇ ਅਤੇ ਅੱਤਵਾਦੀਆਂ ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਕਿਹਾ ਹੈ ਕਿ ਇਹ ਜੋ ਲੋਕ ਨੇ ਜੋ ਕਿ ਬਿਨਾਂ ਦਸਤਾਵੇਜ਼ਾਂ ਦੇ ਉੱਥੇ ਰਹਿ ਰਹੇ ਨੇ, ਅਮਰੀਕਾ ਦੇ ਵਿੱਚ ਅਰਾਜਕਤਾ ਫੈਲਾ ਰਹੇ ਨੇ, ਉੱਥੇ ਦਾ ਮਾਹੌਲ ਖਰਾਬ ਕਰ ਰਹੇ ਨੇ, ਇਸ ਲਈ ਸਭ ਤੋਂ ਪਹਿਲਾ ਕਦਮ ਉਹਨਾਂ ਦਾ ਇਹ ਹੋਵੇਗਾ ਕਿ ਜਦ ਉਹ ਰਾਸ਼ਟਰਪਤੀ ਬਣਦੇ ਨੇ, ਜੇਕਰ ਬਣਦੇ ਨੇ ਤਾਂ ਫਿਰ ਐਸੇ 'ਚ ਡਿਪੋਰਟੇਸ਼ਨ ਸਭ ਤੋਂ ਜ਼ਿਆਦਾ ਹੋਏਗੀ, ਸਭ ਤੋਂ ਜ਼ਿਆਦਾ ਡਿਪੋਰਟ ਕੀਤੇ ਜਾਣਗੇ ਲੋਕ। ਅਤੇ ਪੰਜਾਬੀਆਂ ਦੇ ਲਈ ਕਿਉਂ ਕਹਿ ਰਿਹਾ ਇਹ ਗੱਲ ਖਾਸ ਹੈ, ਪੰਜਾਬੀਆਂ ਦੇ ਲਈ ਕਿਉਂ ਖਤਰੇ ਦੀ ਘੰਟੀ ਹੈ, ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜੋ ਕਿ ਆਇਲਸ ਕਲੀਅਰ ਨਹੀਂ ਕਰ ਪਾਉਂਦੇ ਜਾਂ ਫਿਰ ਉਹਨਾਂ ਦੀਆਂ ਵੀਜ਼ਾ ਪ੍ਰੋਬਲਮਸ ਹੋਣ ਦੇ ਚੱਲਦੇ ਆਸਾਨ ਰਸਤਾ ਅਪਣਾਉਣ ਦੇ ਚੱਕਰ ਦੇ ਵਿੱਚ ਡੰਕੀ ਦੇ ਜ਼ਰੀਏ ਉਹ ਬਾਰਡਰ ਪਾਰ ਕਰਕੇ ਅਮਰੀਕਾ ਪਹੁੰਚੇ ਨੇ। ਬੜੇ ਨੌਜਵਾਨ ਨੇ ਜਿਨ੍ਹਾਂ ਨੇ ਵੀਡੀਓਜ਼ ਤੱਕ ਬਣਾਈਆਂ ਹੋਈਆਂ ਨੇ ਉੱਥੇ ਪਹੁੰਚਦਿਆਂ ਦੀਆਂ, ਬਾਰਡਰ ਪਾਰ ਕਰਦਿਆਂ ਦੀਆਂ, ਅਤੇ ਹੁਣ ਉਹਨਾਂ ਦੇ ਉੱਤੇ ਖਤਰੇ ਦੀ ਘੰਟੀ ਹੈ, ਕਿਉਂਕਿ ਜਦ ਕਾਗਜ਼ਾਤ ਚੈੱਕ ਹੋਣਗੇ ਤਾਂ ਐਸੇ 'ਚ ਫਿਰ ਸਿੱਧਾ ਡਿਪੋਰਟ ਕੀਤਾ ਜਾਵੇਗਾ ਉਹਨਾਂ ਲੋਕਾਂ ਨੂੰ। ਪਰ ਬੜੇ ਐਸੇ ਵੀ ਨੌਜਵਾਨ ਨੇ ਜੋ ਕਿ ਉੱਥੇ ਜਾਂਦੇ ਹੀ ਆਪਣਾ ਪਾਸਪੋਰਟ ਤੱਕ ਫਾੜ ਦਿੰਦੇ ਨੇ ਤਾਂ ਕਿ ਪਤਾ ਨਾ ਲੱਗ ਸਕੇ, ਟਰੇਸ ਨਾ ਹੋ ਸਕੇ ਉਹ ਆਏ ਤਾਂ ਆਏ ਕਿੱਥੋਂ। ਤਾਂ ਐਸੇ ਦੇ ਵਿੱਚ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਦੀ ਗਾਜ ਡਿੱਗ ਸਕਦੀ ਹੈ, ਉਹਨਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਅਤੇ ਇੱਥੇ ਤੱਕ ਕਿ ਜੇਲ੍ਹ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਹ ਹੁਣ ਐਲਾਨ ਕਰ ਦਿੱਤਾ ਕਿਉਂਕਿ ਅਮੈਰੀਕਨ ਡ੍ਰੀਮ ਉਹ ਦੁਆਰਾ ਉਹੀ ਸੁਪਨਾ ਦਿਖਾ ਰਹੇ ਨੇ ਅਮਰੀਕੀਆਂ ਨੂੰ ਕਿ ਇੱਥੇ ਜੌਬਸ ਹੋਣਗੀਆਂ, ਹਰ ਕਿਸੇ ਦੇ ਲਈ ਚੰਗਾ ਰੁਜ਼ਗਾਰ ਹੋਵੇਗਾ ਅਤੇ ਇੱਕ ਹਸੀਨ ਖਾਬ ਜਿਸ ਤਰ੍ਹਾਂ ਅਮਰੀਕਾ ਨੂੰ ਪਹਿਲਾਂ ਦੇਖਿਆ ਜਾਂਦਾ ਸੀ ਉਸੇ ਤਰ੍ਹਾਂ ਉਹ ਦੁਬਾਰਾ ਅਮੈਰੀਕਾ ਨੂੰ ਬਣਾ ਦੇਣਗੇ। ਇਸ ਸਭ ਦੇ ਚੱਲਦੇ ਹੁਣ ਜੋ ਉੱਥੇ ਮੌਜੂਦ ਲੋਕ ਨੇ, ਪਰ ਇਸ 'ਚ ਇਕੱਲੇ ਪੰਜਾਬੀ ਨਹੀਂ, ਹੋਰ ਵੀ ਜੋ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਗਏ ਹੋਏ ਦੋਸਤ ਨੇ ਲੋਕ ਨੇ ਜੋ, ਅਤੇ ਐਸੇ 'ਚ ਫਿਲੀਪੀਨਸ ਹੋ ਗਏ ਜਾਂ ਹੋਰ ਜੋ ਦੇਸ਼ ਨੇ, ਬੰਗਾਲ, ਪਾਕਿਸਤਾਨ, ਉੱਥੇ ਸਭ ਦੇ ਲੋਕ ਵੀ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਏਗੀ। ਅਤੇ ਜੇਕਰ ਇੰਡੀਆ 'ਚ ਦੇਖੀਏ ਤਾਂ ਪੰਜਾਬ ਤੋਂ ਬਾਅਦ ਗੁਜਰਾਤ ਦੇ ਬਹੁਤ ਸਾਰੇ ਲੋਕ ਨੇ ਜੋ ਕਿ ਡੰਕੀ ਲਗਾ ਕੇ ਇੱਦਾਂ ਜਾਂਦੇ ਹੋਏ ਫੜੇ ਗਏ ਸੀ, ਅਤੇ ਹੋਰ ਵੀ ਵੱਖ ਵੱਖ ਸੂਬਿਆਂ ਦੇ ਨੇ। ਪਰ ਪੰਜਾਬੀਆਂ ਦੇ ਵਿੱਚ ਇਸਦਾ ਇੱਕ ਕਰੇਜ਼ ਕਾਫੀ ਜ਼ਿਆਦਾ ਦੇਖਣ ਨੂੰ ਮਿਲਦਾ, ਇਸ ਦੇ ਲਈ ਇਹ ਖਬਰ ਕਾਫੀ ਅਹਿਮ ਬਣ ਜਾਂਦੀ ਹੈ। ਤਾਂ ਐਸੇ 'ਚ ਜੇਕਰ ਹੁਣ ਵੀ ਕੋਈ ਵਿਅਕਤੀ ਤੁਹਾਡੇ ਨਜ਼ਦੀਕ ਹੈ ਅਤੇ ਉਹ ਗੱਲ ਕਰਦਾ ਕਿ ਮੈਂ ਤਾਂ ਡੌਂਕੀ ਲਾ ਕੇ ਅਮਰੀਕਾ ਪਹੁੰਚ ਜਾਣਾ, ਤਾਂ ਉਸਨੂੰ ਸਾਵਧਾਨ ਕਰ ਦਿਓ ਕਿ ਬਈ ਐਸਾ ਨਾ ਕਰ, ਪੈਸੇ ਵੀ ਖੂਹ ਖਾਤੇ ਜਾਣਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਜੋ ਖੱਜਲ ਹੋਣਾ ਪਏਗਾ ਉਹ ਅਲੱਗ।